श्री आदि शक्ति रामलीला क्लब धनौला वालों नेकी अते बदी का प्रतीक दशहरे का त्यौहार रामलीला ग्राउंड विखे पूरी श्रद्धा ते धूमधाम नाल मनाया गया। इस समागम विच मुख मेहमान के तौर पर कैबिनेट मंत्री गुरमीत सिंह मीत फेर ने शिरकत की। रामलीला कमेटी ने अपने अख्तियारी कोटे विचों 3 लाख रुपए देने का ऐलान किया। धनौले दीआं समस्यां नूं भी जल्द हल करवाउण दा भरोसा दवाया। इस मौके रंगारंग प्रोग्राम भी पेश किया गया। अज दी वाली धनौला तो सचैन धनौला की रिपोर्ट। यही अरदास करदा कि साडे बच्चिआं नूं सानूं परमात्मा बल बख्शे कि असीं सच्चाई दे रास्ते ते अच्छाई दे रास्ते ते नेकी दे रास्ते ते असीं चल सकीए। सो मैं सारिआं नूं थोनूं दुबारा बहुत मुबारकबाद दिंदा ते तुहाडा सारिआं दा मैं बहुत ऋणी हाँ, बहुत धन्यवादी हाँ कि तुसी लोगों जिन्होंने मैनू इस मुकाम तक पहुँचाया। 2 बारी MLA बनाया ते हुण जे मैं मंत्री हाँ भी सारी थोड़ी देन है। ते पहली बारी तो क्योंकि बड़ा क्लोज मार्जिन सी, सिर्फ 2432 वोटां दे जित्तिया सी। मेरे याद है मैं थोड़ा धनौले वाले दे नहीं दे सकता जे मैनू मैं पिछों घर दा आउंदा सी जे आके लीड कढ़ी तां तुसी लोकां ने कढ़ी। सो मैं थोड़ा ਦੇਣਦਾ ਰਹਿਤੀ ਦਾ ਵੈਸੇ ਤੁਸੀਂ ਟੁੱਟ ਟੁੱਟ ਤੇ ਤਕਰੀਬਨ 40,000 ਵੋਟਾਂ ਦੇ ਤੁਸੀਂ ਜਿਤਾਇਆ। ਸੋ ਮੈਨੂੰ ਪਤਾ ਤੁਹਾਡੀਆਂ ਸਾਰੀਆਂ ਧਰੌਲੇ ਦੀਆਂ ਸਮੱਸਿਆਵਾਂ ਕੀ ਨੇ, ਸਕੂਲ ਦੀਆਂ ਸਮੱਸਿਆਵਾਂ ਕੀ ਆ, ਪਾਣੀ ਦੀ ਨਿਕਾਸੀ ਦੀਆਂ ਸਮੱਸਿਆਵਾਂ ਕੀ ਨੇ। ਸੋ ਮੇਰਾ ਵਾਅਦਾ ਕਿਉਂਕਿ ਅਜੇ ਆਪਣੀ ਸਰਕਾਰ ਦਾ ਪਹਿਲਾ ਦੁਸ਼ਹਿਰਾ ਹੈ, ਸਰਕਾਰ ਲਗਾਤਾਰ ਕਿਉਂਕਿ ਜਿੰਨੇ ਕੁ ਅਸੀਂ ਵਾਅਦੇ ਕੀਤੇ ਆ ਸਾਨੂੰ ਇਹ ਹੈ ਵੀ 5 ਸਾਲ 'ਚ ਸਾਰੇ ਅਸੀਂ ਪੂਰੇ ਕਰੀਏ। ਬਿਜਲੀ ਵਾਲਾ 600 ਜੁਟਾ ਕਈ ਕਹਿੰਦੇ ਸੀ ਵੀ ਹੋਣਾ ਨਹੀਂ, ਸਰਕਾਰ ਨੇ ਪਹਿਲੇ 6 ਮਹੀਨਿਆਂ 'ਚ ਹੀ ਕਰਤਾ। ਹੋਰ ਵੀ ਜਿਹੜੇ ਕੀਤੇ ਆ ਵਾਅਦੇ ਸਾਰੇ ਪੂਰੇ ਕਰਾਂਗੇ ਤੇ ਮੈਨੂੰ ਪਤਾ ਕਿ ਧਨੌਲੇ ਦੇ ਕਿਹੜੇ ਕਿਹੜੇ ਕੰਮ ਹੋਣ ਵਾਲੇ ਆ। ਮੇਰਾ ਵਾਅਦਾ 5 ਸਾਲਾਂ 'ਚ ਕੋਈ ਧਨੌਲੇ ਦਾ ਕੰਮ ਐਸਾ ਨਹੀਂ ਹੋਊਗਾ ਕਿ ਜਿਹੜਾ ਤੁਸੀਂ ਕਹੋਗੇ ਭਾਈ ਆਹ 5 ਸਾਲਾਂ 'ਚ ਨਹੀਂ ਹੋਇਆ, ਸਾਰੇ ਕੰਮ ਹੋਣਗੇ। ਬਾਕੀ ਇਹ ਦੁਸ਼ਹਿਰਾ ਕਮੇਟੀ ਵਾਲੇ ਸਾਰਾ ਮੇਰਾ ਪਰਿਵਾਰ ਹੈ, ਮੈਂ ਵਿਰੋਧੀ ਧਿਰ 'ਚ ਸੀ ਫਿਰ ਵੀ ਇਹ ਮੇਰੇ ਨਾਲ ਰਹੇ, ਬੜਾ ਇਹਨਾਂ ਨੇ ਸਾਥ ਦਿੱਤਾ। ਸੋ ਹੁਣ ਸਰਕਾਰ ਆਈ ਹੈ, ਮੈਂ ਕੁਛ ਵੀ ਦੇਣਾ ਕੋਈ ਜੇਬ 'ਚੋਂ ਨਹੀਂ ਦੇਣਾ, ਲੋਕਾਂ ਦਾ ਹੀ ਪੈਸਾ ਤੁਹਾਡਾ ਹੀ ਪੈਸਾ। ਸੋ ਮੈਂ 3 ਲੱਖ ਰੁਪਇਆ ਦੁਸ਼ਹਿਰਾ ਕਮੇਟੀ ਨੂੰ ਆਉਣ ਵਾਲੇ ਸਮੇਂ 'ਚ ਚਾਹੇ ਮੈਂ ਆਪਣੀ ਤਿਆਰੀ ਜਿਹੜੀ ਗ੍ਰਾਂਟ ਹੈ ਉਹਦੇ ਵਿੱਚੋਂ ਮੈਂ ਜਿਹੜਾ ਤੁਸੀਂ ਆਪਦਾ ਜੋ ਕੰਸਟਰਕਸ਼ਨ ਕਰਨੀ ਉਹ ਕਰ ਲਓ, ਜੇ ਤੁਹਾਨੂੰ ਹੋਰ ਵੀ ਚਾਹੀਦਾ ਹੋਇਆ ਤਾਂ ਵੀ ਦੱਸ ਦਿਓ ਵੀ।